ਫਗਵਾੜਾ ਦੇ ਵਾਰਡ ਨੰਬਰ 39 ਤੇ 40 ਵਿਖੇ ਕੌਂਸਲਰ ਰਾਜਕੁਮਾਰ ਗੁਪਤਾ ਅਤੇ ਸਰਬਜੀਤ ਕੌਰ ਦੀ ਅਗਵਾਈ ਵਿੱਚ ਚੋਣ ਜਲਸੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੋਮ ਪ੍ਰਕਾਸ਼ ਕੈਂਥ ਨੇ ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਦੀ ਪੋਲ ਖੋਲਦਿਆਂ ਵੋਟਰਾਂ ਨੂੰ ਰਾਜੇਸ਼ ਬਾਗਾ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ 2.5 ਸਾਲ ਸਿਰਫ ਵਾਅਦੇ ਤੇ ਗੱਲਾਂ ਹੀ ਕੀਤੀਆਂ ਹਨ ਪਰ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਉਹਨਾਂ ਕਿਹਾ ਕਿ ਫਿਰੋਜ਼ਪੁਰ ਵਿੱਚ ਸ਼ਹਿਰ ਤੇ ਨਸ਼ਾ ਵਿਕਣ ਵਿੱਚ ਪੁਲਿਸ ਅਫਸਰ ਬਰਾਬਰ ਦੇ ਹਿੱਸੇਦਾਰ ਹਨ ਸਰਕਾਰ ਇਹਨਾਂ ਅਫਸਰਾਂ ਨੂੰ ਹੀ ਨਹੀਂ ਰੋਕ ਪਾ ਰਹੀ ਹੈ ਤਾਂ ਨਸ਼ਾ ਵਿਕਣ ਤੋਂ ਕੀ ਰੋਕੇਗੀ ਉਹਨਾਂ ਕਿਹਾ ਹੈ ਕਿ ਵਾਰਡਾਂ ਵਿੱਚ ਜੋ ਵੀ ਵਿਕਾਸ ਕਾਰਜ ਰਹਿੰਦੇ ਹਨ ਸਾਡਾ ਫਰਜ਼ ਬਣਦਾ ਹੈ ਕਿ ਉਹਨਾਂ ਨੂੰ ਸਿਰੇ ਚਾੜਿਆ ਜਾਵੇ ਅਤੇ ਅਸੀਂ ਜਲਦ ਹੀ ਵਿਕਾਸ ਕਾਰਜਾਂ ਨੂੰ ਸਿਰੇ ਚਾੜਾਂਗੇ ਦੇਖੋ ਲੋਕਤੰਤਰ ਹੈ ਲੋਕਤੰਤਰ ਚ ਵੋਟਾਂ ਦੀ ਗੱਲ ਕਰਨੀ ਚਾਹੀਦੀ ਹੈ ਆਪਣੇ ਵਿਚਾਰਾਂ ਦੀ ਗੱਲ ਕਰਨੀ ਚਾਹੀਦੀ ਇਹਨਾਂ 2.5 ਸਾਲ ਕੁਝ ਨਹੀਂ ਕੀਤਾ ਅਸੀਂ ਇੱਥੇ ਵਿਕਾਸ ਦੀ ਵੱਡੀ ਲਹਿਰ ਸ਼ੁਰੂ ਕੀਤੀ ਸੀ ਬਾਦਲ ਸਾਹਿਬ ਨੇ ਬਹੁਤ ਪੈਸਾ ਦਿੱਤਾ ਅਸੀਂ ਕੰਮ ਸ਼ੁਰੂ ਕੀਤੇ ਔਰ ਬਦਕਿਸਮ ਦੀ ਇਹ 2017 ਸਰਕਾਰ ਕਾਂਗਰਸ ਦੀ ਬਣ ਗਈ ਸਾਰੇ ਪੈਸੇ ਜਿਵੇਂ ਪਹਿਲਾਂ ਦੱਸਿਆ ਗਿਆ ਸੀ ਵਾਪਸ ਕਰਾਉਣਾ ਸਭ ਦੱਸ ਰਿਹਾ ਸੀ 45 ਕਰੋੜ ਰੁਪਇਆ ਵਾਪਸ ਲੈ ਲਿਆ ਉਹ ਹਜੇ ਤੱਕ ਆਇਆ ਨਹੀਂ ਇਸ ਕਰਕੇ ਕੰਮਾਂ ਖੜੋ ਕਰਕੇ ਕੌਂਸਲ ਚੱਲੀ ਗਿਆ MLA ਤੁਹਾਡਾ ਸੀ MP ਮੈਂ ਤੁਹਾਡਾ ਕੰਮ ਰੋਕਿਆ ਕਿਉਂਕਿ ਪੈਸੇ ਨਾਲ ਕੰਮ ਹੁੰਦੇ ਆ ਇਹਨਾਂ ਨੇ ਪੈਸਾ ਕੋਈ ਦਿੱਤਾ ਨਹੀਂ ਆ ਜਿਹੜਾ ਮੰਤਰੀ ਇਹਦੇ ਪੈਸੇ ਵੰਡਦਾ ਫਿਰਦਾ ਹੈ ਉਹਨੂੰ ਕੁਛ ਆਪਣੇ ਏਰੀਏ 'ਚ ਜਾ ਕੇ ਦੇਖਦਾ ਤੇਰੇ ਕਿੰਨੀ ਡਿਵੈਲਪਮੈਂਟ ਹੋਈ ਸੜਕਾਂ ਟੁੱਟੀਆਂ ਹੋਈਆਂ ਬੁਰਾ ਹਾਲ ਹੈਗਾ ਆਪਣਾ ਵੀ ਕੰਮ ਕਹੋ ਹੋਇਆ ਨਹੀਂ ਹੈ ਇਹਦੇ ਲੋਕਾਂ ਦੇ ਵਿਕਾਸ ਕਰਦਾ ਸਰਕਾਰ ਸੜਕਾਂ ਦਾ ਬਰਾੜ ਹੈ ਤੇ ਮੈਨੂੰ ਪਤਾ ਹੈ ਬਹੁਤ ਸਾਰੇ ਇਲਾਕਿਆਂ 'ਚ ਜਿਹੜੇ ਨਵੇਂ ਵਾਰਡ ਨੇ ਸਰਬਜੀਤ ਦਾ ਵਾਰਡ ਹੈ ਪੇਟਾ ਜੀ ਦਾ ਵਾਰਡ ਹੈ ਗੁਪਤਾ ਜੀ ਦਾ ਹੋਰ ਵੀ ਜਿਹੜੇ ਵਾਰਡ ਨੇ ਉੱਤੇ ਸੀਵਰੇਜ ਦਾ ਕੰਮ ਹੋ ਗਿਆ ਜਿਹਦੇ ਪੌਦੇ ਪਾਣੀ ਦਾ ਦਬ ਰਿਹਾ ਤਾਂ ਅਸੀਂ ਪਾਣੀ ਦਾ ਰਹਿ ਗਿਆ ਜਿਹੜੇ ਫਸਲ ਦੋਨੋਂ ਰਹਿ ਗਏ ਸੜਕ ਬਣਨੀ ਸੀ ਸੜਕ ਰੋਕੀ ਕਿਉਂਕਿ ਸਾਰੇ ਪੈਸੇ ਵਾਪਸ ਲੈ ਗਏ ਇਸ ਕਰਕੇ ਕੰਮ ਨਹੀਂ ਹੋ ਰਿਹਾ ਇਸ ਗੱਲ ਦੀ ਸ਼ਰਮਿੰਦਗੀ ਵੀ ਹੈ ਸਾਨੂੰ ਸਾਰਿਆਂ ਕਿ ਅਸੀਂ ਨਹੀਂ ਕਰਾ ਪਾ ਰਹੇ ਪਰ ਇਹ ਸਰਕਾਰ ਦੀ ਬੇਈਮਾਨੀ ਹੈ ਇੱਥੇ ਇੱਕ ਮੰਤਰੀ ਆਇਆ ਸੀ ਸਿੱਧੂ ਕਹਿ ਗਏ ਜੀ 25 ਕਰੋੜ ਰੁਪਇਆ ਭੇਜਿਆ ਝੂਠ ਸਿਰੇ ਦਾ ਬੋਲਿਆ ਪਰਮਾਤਮਾ ਵੀ ਦੇਖੋ ਕਿੰਨਾ ਕੁਬਿਆਨ ਚੀਜ਼ ਹੈ ਮੈਂ ਜਿਹੜਾ ਝੂਠ ਜ਼ਿਆਦਾ ਬੋਲਿਆ ਮੈਂ ਰੱਬ ਦੀ ਮਾਫ ਨਹੀਂ ਕਰਦਾ ਹੁਣ ਕਿਤੇ ਰੱਬ ਦਾ ਮੇਰਾ ਨਾਮ ਨਹੀਂ ਕਿਤੇ ਲੈਂਦਾ ਵਿਧਾਨਸਭਾ ਇਹਨਾਂ ਵਰਦਾ ਨਾਲ ਘਰ ਬੈਠਾ ਚੁੱਪ ਕਰਕੇ ਲੁੱਕ ਕੇ ਬੈਠਾ ਇਹ ਕੁਦਰਤ ਦਾ ਸੱਚ ਸੁਖ ਦਾ ਦਿਨਾਲਾ ਵੀ ਕਰਦੀ ਹੈ ਇਹ ਸਾਡੇ ਕੌਂਸਲਰ ਬੇਨਤੀ ਕੌਂਸਲਰ ਨੇ ਲੋਕਾਂ ਦੇ ਕੋਲ ਫਿਰ ਬੈਠੇ ਨੇ ਲੋਕਾਂ ਤੋਂ ਗੱਲ ਕਰਦੇ ਨੇ ਬਹੁਤ ਵਾਰੀ ਗੁਰਦੁਆਰੇ ਵੀ ਆ ਕੇ ਕਰਦੇ ਨੇ ਨਾਲ ਮੇਰਾ ਆਪ ਹੋਇਆ ਆਪ ਹੋਇਆ ਸਰਵੀ ਵੀ ਨਾਰਾਜ਼ ਹੁੰਦੇ ਹੈ ਪਰ ਗੱਲ ਹੈ ਇਹਨਾਂ ਦਾ ਗੱਲ ਨਾ ਲੋਕ ਤੁਸੀਂ ਇਹਨਾਂ ਨਾਲ ਲੜਦੇ ਹੋ ਨਾ ਵੇਖ ਇਹਨਾਂ ਨੇ ਮੇਰੇ ਨਾਲ ਆ ਕੇ ਲੜਨਾ ਤਾਂ ਆਪ ਬਣਦਾ ਪਰ ਮਜ਼ਬੂਰੀ ਹੋ ਗਈ ਤਾਂ ਸਰਕਾਰ ਇਹ ਬਣ ਗਈ ਸਰਕਾਰ ਨੂੰ ਚਾਹੀਦਾ ਤਾਂ ਇਹ ਜਿਹੜਾ ਕੰਮ ਤੇ ਜਿਹੜਾ ਆਉਂਦੇ ਫਿਰ ਦੁਬਾਰਾ ਸਰਕਾਰ ਬਣਾਉਣ ਦੀ ਗੱਲ ਕਰਦੇ ਆਪਾਂ ਇਹਨਾਂ ਨੇ ਇੱਕ ਵੀ ਕੰਮ ਨਹੀਂ ਦਿੰਦੇ ਜਿਹੜੇ ਪਹਿਲੇ ਕੰਮ ਸੀ ਉਹ ਬੰਦ ਕਰ ਦਿੰਦੇ ਔਰ ਉਹ ਜਿਹੜੇ ਦਾਬੇ ਮਾਰਦੇ ਹੈ ਡਰਾਉਂਦੇ ਨੇ ਲੋਕਾਂ ਕਿਹੜਾ ਫਿਰੋਜ਼ਪੁਰ ਚ ਕਹਿੰਦਾ ਜੀ ਦੇਖੋ ਸਾਰੇ ਲੋਕ ਬੈਠੇ ਨੇ ਮੈਂ MLA ਇਲਾਕੇ ਦਾ ਇੱਥੇ ਜਿਹੜੀ ਵਿਕਦੀ ਹੈ ਸ਼ਰਾਬ ਤੇ ਨਸ਼ਾ ਵਿਕਦਾ ਇਹ ਅਫਸਰਾਂ ਕਰਕੇ ਪੁਲਿਸਾਂ ਕਰਕੇ ਵਿਕਦਾ ਇਹਨਾਂ ਨੂੰ ਵੀ ਰੋਕ ਸਕਦੇ ਸਰਕਾਰ ਤਾਂ ਫਿਰ ਨਸ਼ਾ ਵਿਕਦੇ ਰੁਕੇ ਜਾਂਦੇ ਨੇ ਪਹਿਲੀ ਸਰਕਾਰ ਦੇ ਇਹਨਾਂ ਦੇ MLA ਆਪ ਲਾਉਂਦੇ ਨੇ ਵਿਧਾਨਸਭਾ ਮੈਂ ਵੀ ਵਿਧਾਨਸਭਾ ਚ ਰਿਹਾ ਕਹਿੰਦੇ ਜੀ 30 MLA ਦਾ ਨਾਮ 30 MLA ਦਾ ਨਾਮ ਜਿਹੜਾ ਰੇਤਾ ਹੋਲੀ ਦਾ ਮੈਨੂੰ ਪਤਾ BJP ਅਕਾਲੀ ਦਲ ਕਿਹੜੇ MLA ਕੰਮ ਕਰਦੇ ਸੀ ਅਸੀਂ ਕਿਹਾ ਜੀ ਨਾ ਦੱਸੋ ਉੱਠ ਕੇ ਨਾ ਬੋਲੋ ਕਿਹੜੇ ਕਿਹੜੇ ਸਾਡੇ ਕਰਦੇ ਸੀ ਜਿਸੇ ਜਗ੍ਹਾ ਵਿਚਾਰ ਔਰ ਤੁਹਾਡੀ ਨੇ ਤੁਹਾਡੇ ਕੋਲ ਕੀ ਬਣਿਆ ਸੀ ਤੁਸੀਂ ਕੀ ਕਰਦੇ ਹੋ ਹੁਣ ਜਿਹੜੇ ਸਰਕਾਰ ਟੁੱਟਣ ਲੱਗੀ ਹੈ 30 ਉਹਨਾਂ ਨੇ ਆਪਣੇ ਨਾਲ ਗੱਲ ਲਾਉਣੇ ਆਪ ਦਾ ਕੰਮ ਕਰਦੇ ਨੀ ਐਡਵਾਈਜ਼ਰਾਂ ਨੇ ਕੀ ਕਰਨਾ ਮੰਤਰੀਆਂ ਦਾ ਮਿਲਦੇ ਨੀ MLA ਦਾ ਮਿਲਦੇ ਨੀ ਐਡਵਾਈਜ਼ਰਾਂ ਨੂੰ ਕਿੱਥੋਂ ਮਿਲਣਾ ਸੋ ਮੇਰੀ ਬੇਨਤੀ ਹੈ
ਇਹ ਅਸੀਂ ਪਹਿਚਾਣ ਕਰੀਏ ਇਸ ਰਾਤ ਖਾਸ ਕਰ ਮਾਤਾ ਸਵੇਰ ਤੋਂ ਲੈ ਕੇ ਰਾਤ ਦਾ ਕੰਮ ਕਰਨ ਵਾਲੇ ਵਿਅਕਤੀ ਸੀ ਸਾਰੇ ਸਰਕਾਰ ਕੰਮ ਕਰਦੀ ਸੀ ਲੋਕਾਂ ਦੀ ਵਿਚਰਦੀ ਸੀ ਔਰ ਇਹ ਕਿਸੇ ਥਾਂ ਨਹੀਂ ਜਾਣਾ ਨਹੀਂ ਇਹ ਆਪਣੇ ਬਕਾਏ ਗਏ ਦੋ ਸਾਲਾਂ ਦੇ ਤਿੰਨ ਸਾਲ ਦੋ ਲੜੀ ਗਏ ਇਸ ਤਰ੍ਹਾਂ ਦੇ ਕੰਮ ਤਾਂ ਕੋਈ ਕਰਦੇ ਨਹੀਂ ਮੇਰੀ ਬੇਨਤੀ ਇਹ ਹੈ ਕਿ ਤੁਹਾਡੇ ਦੋਨੇ ਕੌਂਸਲਰ ਸਰਬਜੀਤ ਜੀ ਇੱਥੇ ਬੈਠੇ ਨੇ ਰਾਜ ਕੁਮਾਰ ਪੇਟਾ ਜੀ ਕਰਦੇ ਨੇ ਲੜਦੇ ਲੜਨੀਆਂ ਬਹੁਤ ਨੇ ਕਿਉਂਕਿ ਇਹਦੇ ਕੰਮ ਰੁਕੇ ਹੋਏ ਨੇ ਇਹਨਾਂ ਦਾ ਹੱਕ ਬਣਦਾ ਹੈ ਔਰ ਮੇਰਾ ਫਰਜ਼ ਬਣਦਾ ਹੈ ਸੰਭਾਲਾਂਗੇ ਬਹੁਤ ਸਾਹਿਬ ਅਸੀਂ ਲੜ ਕੇ ਕੋਸ਼ਿਸ਼ ਕਰਨੀ ਹੈ ਵਿਕਾਸ ਕਰਾਂਗੇ ਸਾਡੀ ਜ਼ਿੰਮੇਵਾਰੀ ਹੈ ਔਰ ਤੁਸੀਂ ਇੱਕ ਵਾਰ ਫਿਰ ਆਹ ਚੋਣ ਹੋ ਰਹੀ ਹੈ ਇਹਨਾਂ ਕੋਲ ਸਰਕਾਰ ਨਹੀਂ ਬਦਲਣੀ ਇਹਨਾਂ ਵਿੱਚ ਮੁੱਢ ਵਜਣ ਆ ਗਈ 2022 ਦੀਆਂ ਚੋਣਾਂ ਦਾ ਜੇ ਤੁਸੀਂ ਜਿੱਤੇ ਆ ਜਿੱਤਣਾ ਹੈ ਤਾਂ ਸਮਝੋ 2022 ਦੇ ਅਕਾਲੀ ਭਾਜਪਾ ਦੀ ਸਰਕਾਰ ਫਿਰ ਦੁਬਾਰਾ ਬਣਨੀ ਹੈ ਔਰ ਫਗਵਾੜੇ ਦਾ ਨਾਮ ਲੈਣਾ ਕਿ ਫਗਵਾੜੇ ਵਾਲਿਆਂ ਨੇ ਅਕਾਲੀ ਭਾਜਪਾ 2022 ਸਰਕਾਰ ਦਾ ਨਹੀਂ ਪਤਾ ਰੱਖਿਆ ਉਧਰ ਲੋਕਾਂ ਨੇ ਵੀ ਰਾਜੇਸ਼ ਬਾਗਾ ਦੇ ਹੱਕ 'ਚ ਇੱਕ ਇੱਕ ਵੋਟ ਪਾ ਕੇ ਉਹਨਾਂ ਨੂੰ ਜੇਤੂ ਬਣਾਉਣ ਦਾ ਭਰੋਸਾ ਦਿੱਤਾ ਹੈ ਬਿਊਰੋ ਰਿਪੋਰਟ ਸਾਂਝ ਟੀਵੀ ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।